ਬਹੁਤ ਸੋਨਾ ਕੀਰਤਨ ਕਰਦੇ ਨੇ ਪਰ ਇਹਨਾਂ ਦੀ ਪੇਸ਼ੇ ਦੀ ਜੇਕਰ ਗੱਲ ਕਰ ਲਈ ਤਾਂ 3 ਸਾਲ ਤੋਂ ਆਟੋ ਚਲਾ ਰਹੇ ਨੇ ਦੇਵਾ ਪਾਹਨ ਤਾ ਮੈਨੂੰ ਸ਼ੌਂਕ ਘੁੰਮਣ ਫਿਰਨ ਦਾ ਸੀ ਕੁਦਰਤੀ ਨਜ਼ਾਰੇ ਦੇਖਣ ਦਾ ਵੀ ਚਲੋ ਘੁੰਮਣਾ ਫਿਰਨਾ ਤੇ ਮੇਰੇ ਮਾਤਾ ਜੀ ਜਿਵੇਂ ਹੁੰਦੇ ਨਾ ਕਿਸੇ ਨੂੰ ਚੂਰੀ ਦੇ ਕੇ ਨਾਮ ਜੋ ਪਾ ਲੈਣਾ ਉਹਨਾਂ ਨੇ ਵੀ ਕਿਹਾ ਕਹਿੰਦੇ ਜੇ ਤੂੰ ਘੁੰਮਣਾ ਫਿਰਨਾ ਚਾਹੁੰਦਾ ਫਿਰ ਤੂੰ ਕੀਰਤਨ ਸਿੱਖ ਤੇ ਕੀਰਤਨ ਸਿੱਖੇਗਾ ਤੇ ਤੂੰ ਜਗ੍ਹਾ ਜਗ੍ਹਾ ਤੇ ਕੀਰਤਨ ਕਰਨ ਜਾਏਗਾ ਨਾਲ ਤੂੰ ਕੰਮ ਫਿਰ ਵੀ ਲਏਗਾ ਆਇਆ ਤੇ ਮੈਂ ਘੁੰਮਣ ਫਿਰਨ ਕਰਕੇ ਆ ਪਰ ਮੈਨੂੰ ਨਹੀਂ ਪਤਾ ਸੀ ਕਿ ਘੁੰਮਣ ਫਿਰਨ ਦੇ ਚੱਕਰ 'ਚ ਮੇਰੇ ਹੱਥ 'ਚ ਐਡਾ ਤਗੜਾ ਖਜ਼ਾਨਾ ਮਹਾਰਾਜ ਦੇ ਦੇਣਗੇ ਮੈਂ ਤੁਹਾਨੂੰ ਦੱਸਣਾ ਵੀ ਚਾਹੁੰਨਾ ਕੀਰਤਨ 'ਚ ਕਿੰਨਾ ਆਨੰਦ ਹੈ ਪਰ ਉਦੋਂ ਹੀ ਪਤਾ ਲੱਗੇਗਾ ਜਦੋਂ ਕੋਈ ਆਪ ਕਰਕੇ ਦੇਖਦਾ ਇਹ ਦੱਸਣ ਤੋਂ ਪਰੇ ਹੈ ਇਹਦਾ ਆਨੰਦ ਇਸੇ ਕਰਕੇ ਤੇ ਅਸੀਂ ਵੇਖੋ ਆਟੋ ਵੀ ਚਲਾਉਂਦੇ ਆ ਤਾ ਵੀ ਅਸੀਂ ਆਨੰਦ 'ਚ ਰਹਿਣ ਦੇ ਆ ਉਹਦਾ ਕਾਰਨ ਇਹੋ ਕਿ ਇਹਨੇ ਸਾਨੂੰ ਸੰਭਾਲਿਆ ਹੋਇਆ ਜੇ ਸਭ ਆਪੇ ਖੇਲ ਕਰ ਸਭ ਆਪੇ ਮੋਲਾ ਤੁਹਾਰੇ ਮੋਲਾ ਤੁਹਾਰੇ ਕਿ ਫਿਰ ਅਸੀਂ 2-3 ਸਾਲ ਪਹਿਲਾਂ ਜਦੋਂ ਕੋਰੋਨਾ 'ਚ ਬਿਲਕੁਲ ਪ੍ਰੋਗਰਾਮ ਬੰਦ ਹੋ ਗਏ ਬਹੁਤ ਜ਼ਿਆਦਾ ਮਤਲਬ ਕਹਿਣ ਤੋਂ ਪਰੇ ਸੀ ਕਿ ਇੰਨਾ ਔਖਾ ਹੋ ਗਿਆ ਸੀ ਟਾਈਮ ਫਿਰ ਅਸੀਂ ਆਟੋ ਚਲਾਉਣਾ ਸ਼ੁਰੂ ਕਰ ਦਿੱਤਾ। ਦੇਵਾ ਬਈ ਅਸੀਂ ਤਰਸਦੇ ਹਾਂ ਕਿਦਰੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਕੀਰਤਨ ਦੀ ਸਾਨੂੰ ਸੇਵਾ ਮਿਲ ਜੇ। ਸੋ ਮਾਰੇ ਨੇ ਬਖਸ਼ੀ ਵੀ 5-6 ਵਾਰੀ ਅਸੀਂ ਕੀਰਤਨ ਕੀਤਾ ਹਰਮੰਦਰ ਸਾਹਿਬ ਦੇ ਅੰਦਰ ਪਰ ਜਿਹੜੇ ਪੱਕੇ ਕੀਰਤਨੀਏ ਨੇ ਜਿਹੜੇ ਹਰਮੰਦਰ ਸਾਹਿਬ ਪੱਕੇ ਕੀਰਤਨ ਕਰਦੇ ਆਸਾ ਦੀ ਵਾਰ ਕਰਦੇ ਕੈਸੇ ਸਵਰਗ 'ਚ ਬੈਨਦਾ ਉਹ ਜਦੋਂ ਬਾਹਰ ਜਾ ਕੇ ਪੱਕੇ ਵਸ ਜਾਂਦੇ ਮੈਨੂੰ ਲੱਗਦਾ ਉਹ ਕਿਤੇ ਕਿਤੇ ਨਾ ਕਿਤੇ ਘਾਟੇ ਵਾਲਾ ਸੌਦਾ ਕਰਦੇ ਸਰ ਕੋਸ਼ਿਸ਼ ਕੀਤੀ ਸੀ ਕਾਫੀ ਸਾਲ ਪਹਿਲਾਂ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਕਾਫੀ ਕੋਸ਼ਿਸ਼ ਪਰ ਨਹੀਂ ਗੱਲ ਬੰਦੀ ਮੁਸ਼ਕਲ ਏ ਥੋੜਾ ਜਿਹਾ ਲੱਗਦਾ ਫਿਰ ਇਹਨਾਂ ਨਹੀਂ ਹੋ ਸਕਿਆ ਸਾਡੇ ਕੋ ਫਿਰ ਦੁਬਾਰਾ ਕੋਸ਼ਿਸ਼ ਕੀਤੀ ਨਹੀਂ ਬਾਕੀ ਮਨ ਚ ਹਮੇਸ਼ਾ ਹੀ ਮਰਦੇ ਦਮ ਤੱਕ ਰਹੇਗਾ ਕਿ ਗੁਰੂ ਰਾਮਦਾਸ ਮਾਰੇ ਆਪਣੇ ਦਰ ਦੀ ਸੇਵਾ ਦੇ ਦੇਣ ਇਸ ਤੋਂ ਵੱਡੀ ਸਾਡੇ ਵਾਸਤੇ ਹੋਰ ਕੋਈ ਚੀਜ਼ ਨਹੀਂ ਦੁਨੀਆ ਤੇ ਸਰ ਪ੍ਰਚਾਰ ਕਰਨ ਵਾਲਿਆਂ ਨੂੰ ਸਾਹਮਣਾ ਬੰਦਾ ਜੀ ਅੱਜ ਅੱਜ ਲੋਡ ਜੀ ਅੱਜ ਬਹੁਤ ਲੋਡ ਗਈ ਕਿਉਂਕਿ ਕਿਸੇ ਵੀ ਧਰਮ ਦਾ ਜੇ ਪ੍ਰਚਾਰਕ ਨਾ ਸਾਭਿਆ ਤੇ ਉਸ ਧਰਮ ਦਾ ਪ੍ਰਚਾਰ ਕਿੱਦਾਂ ਹੋ ਸਕੇਗਾ ਗ੍ਰੰਥੀ ਦਾ ਦੇਣ ਨਹੀਂ ਦੇ ਸਕਦੇ ਮੈਂ ਤੁਹਾਨੂੰ ਸੱਚੀ ਦਸਾਂ ਰਾਗੀ ਸਿੰਘ ਘੰਟਾ ਕੀਰਤਨ ਕਰਦੇ 2 ਘੰਟੇ ਕੀਰਤਨ ਕਰਦੇ ਘਰ ਆ ਜੇ ਗ੍ਰੰਥੀ ਸਿੰਘ ਦੀ ਸੇਵਾ ਦੁਨੀਆ ਦੀ ਸਭ ਤੋਂ ਵੱਡੀ ਔਰ ਮੈਂ ਸੱਚ ਵਾਹਿਗੁਰੂ ਜੀ ਤੁਹਾਨੂੰ ਇੱਕ ਗੱਲ ਕਹਾਂ ਮੇਰੇ ਮਨ ਦਾ ਹਲਬੁਲਾ ਹੈ ਜੀ ਮਸਾਣਾ ਵਿੱਚ ਬਾਬਾ ਦੀਪ ਸਿੰਘ ਜੀ ਇੱਥੇ ਅੰਤਿਮ ਸੰਸਕਾਰ ਹੁੰਦੇ ਆ ਉੱਥੇ ਮੈਂ ਗਰੰਥੀ ਰੁੱਲਦੇ ਵੇਖਿਆ ਵੀ ਕੋਈ Laash ਲੈ ਕੇ ਆਵੇ ਮੈਂ ਤੁਹਾਨੂੰ ਪੰਜਾਬੀ ਤੇ ਮੈਂ ਉਹਨੂੰ ਕਹਾਂ ਵੀ ਭਾਜੀ ਆਪਰ ਅਰਦਾਸ ਕਰ ਲਈਏ ਮੈਂ ਕਹਿੰਦਾ ਸਿੱਖ ਕੌਮ ਦੀ ਬੜੀ ਵੱਡੀ ਤਰਾਸ ਦੀ ਸਸ਼ੀਕਾਲ ਫਤਿਹ ਅਦਾਬ ਨਮਸਕਾਰ ਮੈਂ ਤੁਹਾਡਾ ਨਾਲ ਸਿਮਰਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਡਿਲੀ ਡੈਸਕ ਟੀਵੀ ਤੇ ਸੋ ਅੱਜ ਦਾ ਖਾਸ ਇੰਟਰਵਿਊ ਬੜਾ ਹੀ ਪਿਆਰਾ ਰਹਿਣਾ ਲਾਇਆ ਪਿਆਰੇ ਦੀ ਗੱਲ ਜਦੋਂ ਆਉਂਦੀ ਆ ਤਾਂ ਇਹ ਗੁਰਮਤ ਅਨੁਸਾਰ ਦੀ ਗੱਲ ਕਰਦੇ ਆ ਤਾਂ ਇਹ ਅਜਗੁਰ ਸਿੱਖੀ ਜੀਵਨ ਦੇ ਨਾਲ ਜੁੜੇ ਹੋਏ ਨੌਜਵਾਨ ਦੀ ਗੱਲਬਾਤ ਕਰਾਂਗੇ ਜੋ ਬਹੁਤ ਖੂਬਸੂਰਤ ਕੀਰਤਨ ਕਰਦੇ ਨੇ ਜਦੋਂ ਕੀਰਤਨ ਉਹਨਾਂ ਦਾ ਸੌਂਦੇ ਆ ਤਾਂ ਉਹ ਕੀਰਤਨ ਦੇ ਰੰਗਾਂ ਦੇ ਵਿੱਚ ਰੰਗੇ ਜਾਂਦੇ ਆ ਗੱਲ ਸ਼ੁਰੂ ਹੁੰਦੀ ਹੈ ਕੁਝ 15-16 ਸਾਲ ਪਹਿਲਾਂ ਦੀ ਜਦੋਂ ਉਹਨਾਂ ਨੇ ਆਪਣੇ ਕੀਰਤਨ ਦੀ ਸ਼ੁਰੂਆਤ ਕੀਤੀ ਸੋ ਅੱਜ ਉਹ ਸਾਡੇ ਨਾਲ ਨੌਜਵਾਨ ਸਿੰਘ ਮੌਜੂਦ ਹੈਗੇ ਨੇ ਗੱਲਬਾਤ ਆਪਾਂ ਜ਼ਰੂਰ ਕਰਾਂਗੇ ਇਹਨਾਂ ਦੀ ਕਹਾਣੀ ਨੂੰ ਲੈ ਕੇ ਜੇਕਰ ਗੱਲ ਕਰ ਲਈ ਤਾਂ ਬਹੁਤ ਸੋਨਾ ਕੀਰਤਨ ਕਰਦੇ ਨੇ ਪਰ ਇਹਨਾਂ ਦੀ ਪੇਸ਼ੇ ਦੀ ਜੇਕਰ ਗੱਲ ਕਰ ਲਈ ਤਾਂ 3 ਸਾਲ ਤੋਂ ਆਟੋ ਚਲਾ ਰਹੇ ਨੇ ਉਹ ਆਟੋ ਚਲਾਉਣ ਦਾ ਕਾਰਨ ਕੀ ਆ ਉਹ ਤੁਹਾਨੂੰ ਆਪਾਂ ਗੱਲਬਾਤ ਜ਼ਰੀਏ ਜ਼ਰੂਰ ਦੱਸਾਂਗੇ ਸੋ ਇਹ ਤਸਵੀਰਾਂ ਦੇਖੋ ਗੁਰਸਿੱਖ ਜਿਹੜੇ ਭਾਜੀ ਨੇ ਸੋਨਾ ਦਾੜਾ ਪ੍ਰਕਾਸ਼ ਕੀਤਾ ਹੋਇਆ ਆ ਲਾਗੇ ਸਾਜ਼ ਪਏ ਆ ਹਾਰਮੋਨੀਅਮ ਤਬਲਾ ਇਹ ਉਹਨਾਂ ਦੇ ਬੇਟੇ ਨੇ ਸੋ ਕਹ ਲਈਏ ਕਿ ਇਹ ਪਿਓ ਪੁੱਤ ਕਰਦੇ ਵਿੱਚ ਗਾਇਨ ਕਰਦੇ ਨੇ ਸ਼ਬਦ ਆਪਣਾ ਰਿਆਜ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਸਭ ਤੋਂ ਪਹਿਲਾਂ ਇਸ ਗੁਰਮਤ ਦੀ ਗੱਲ ਕਰ ਲਈਏ ਜਿਹੜਾ ਤੁਸੀਂ ਵਿਦਿਆ ਲਈ ਇਸ ਚੀਜ਼ ਦੀ ਕਿੰਨੇ ਸਾਲ ਪਹਿਲਾਂ ਇਸ ਦੀ ਸ਼ੁਰੂਆਤ ਹੋਈ ਕਿੱਦਾਂ ਇਸ ਵੱਲ ਰੁਚੀ ਆਨ ਵਧਿਆ ਤੁਹਾਡਾ ਜੀ ਅਜ ਤੋਂ 15 16 ਸਾਲ ਪਹਿਲਾਂ ਮੈਂ ਮਤਲਬ ਇਸ ਲੈਨ ਚ ਆਇਆ ਪਰ ਮੈਂ ਕਿਸੇ ਨਾਲ ਜਾਂਦਾ ਰਿਆਂ ਤੋ ਉਸ ਤੋਂ ਬਾਅਦ 2-3 ਸਾਲ ਬਾਅਦ ਫਿਰ ਮੈਂ ਆਪ ਕੀਰਤਨ ਸਿੱਖਣਾ ਸ਼ੁਰੂ ਕੀਤਾ ਫਿਰ ਸਿੱਖਣ ਤੋਂ ਬਾਅਦ ਫਿਰ ਮੈਂ ਆਪਣਾ ਜੱਥਾ ਬਣਾਇਆ ਤੇ ਕੋਈ 12-13 ਸਾਲ ਤੋਂ ਮੇਰਾ ਆਪਣਾ ਜੱਥਾ ਹੈ ਤੇ ਅਸੀਂ ਆਪਣੇ ਜੱਥੇ ਨਾਲ ਹੀ ਕੀਰਤਨ ਕਰਨ ਜਾਂਦੇ ਹਾਂ ਜਿੱਥੇ ਵੀ ਜਾਂਦੇ ਹਾਂ ਸੋ ਪਹਿਲਾਂ ਸ਼ੌਂਕ ਸੀ ਕੁਝ ਗਾਇਨ ਕਰਨ ਦਾ ਜਿਵੇਂ ਗਾਇਕੀ ਦਾ ਕਈਆਂ ਨੂੰ ਸ਼ਿਕਨ ਹੁੰਦਾ ਹੈ ਤਾਂ ਉਹ ਇਸ 뮤직 ਇੰਡਸਟਰੀ ਵੱਲ ਪੈਰ ਧਰਦੇ ਨੇ ਸੋ ਇਦਾਂ ਦਾ ਸ਼ੌਂਕ ਸੀ ਆਪਣਾ ਪਹਿਲੇ ਕੋਈ ਦੇਖੋ ਜੀ ਮੈਂ ਐਮਚੂਰ ਕੱਲ ਨਹੀਂ ਕਰਦਾ ਸਾਡੇ ਪੂਰੇ ਪਰਿਵਾਰ ਵਿੱਚੋਂ ਕੋਈ ਵੀ ਕੀਰਤਨ ਨਹੀਂ ਕਰਦਾ ਨਾਹੀ ਇਸ ਗਾਇਕੀ ਵਾਲੀ ਲਾਈਨ ਚੈ ਮੈਨੂੰ ਸ਼ੌਂਕ ਘੁੰਮਣ ਫਿਰਨ ਦਾ ਸੀ ਕੁਦਰਤੀ ਨਜ਼ਾਰੇ ਦੇਖਣ ਦਾ ਵੀ ਚਲੋ ਘੁੰਮਣਾ ਫਿਰਨਾ ਤੇ ਮੇਰੇ ਮਾਤਾ ਜੀ ਜਿਵੇਂ ਹੁੰਦੇ ਨਾ ਕਿਸੇ ਨੂੰ ਚੂਰੀ ਦੇ ਕੇ ਨਾਮ ਜਪਾ ਲੈਣਾ ਉਹਨਾਂ ਨੇ ਵੀ ਕਿਹਾ ਕਹਿੰਦੇ ਜੇ ਤੂੰ ਘੁੰਮਣਾ ਫਿਰਨਾ ਚਾਹੁੰਦਾ ਫਿਰ ਤੂੰ ਕੀਰਤਨ ਸਿੱਖ ਤੇ ਕੀਰਤਨ ਸਿੱਖੇਗਾ ਤੇ ਤੂੰ ਜਗ੍ਹਾ ਜਗ੍ਹਾ ਤੇ ਕੀਰਤਨ ਕਰਨ ਜਾਏਗਾ ਨਾਲ ਤੂੰ ਕੰਮ ਫਿਰ ਵੀ ਲਏਗਾ ਆਇਆ ਤੇ ਮੈਂ ਘੁੰਮਣ ਫਿਰਨ ਕਰਕੇ ਆ ਪਰ ਮੈਨੂੰ ਨਹੀਂ ਪਤਾ ਸੀ ਕਿ ਘੁੰਮਣ ਫਿਰਨ ਦੇ ਚੱਕਰ 'ਚ ਮਾਰੇ ਦੇ ਦੇਣਗੇ ਸੋ ਆਇਆ ਮੈਂ ਘੁੰਮਣ ਫਿਰਨ ਕਰਕੇ ਸੀ ਪਰ ਜਦੋਂ ਕੀਰਤਨ ਕਰਨਾ ਸ਼ੁਰੂ ਕੀਤਾ ਐਸਾ ਆਨੰਦ ਆਇਆ ਫਿਰ ਬਸ ਕੀਰਤਨ ਦੇ ਹੋ ਕੇ ਰਹਿ ਗਏ ਜੀ ਕਹਿ ਸਕਦੇ ਕਿ ਮਾਰਾ ਹੀ ਨੇ ਆਪਣੇ ਰੰਗਾ ਚ ਤੁਹਾਨੂੰ ਰੰਗीन ਕਰਤਾ ਕਿ ਦੂਜੇ ਵੱਲ ਕਿਤੇ ਮੰਨੇ ਨਹੀਂ ਕੀਤਾ ਜਾਂਦਾ ਭਾਈ ਸਾਹਿਬ ਜੀ ਦੇਖੋ ਜਿਨ ਇਹ ਚੱਖੀ ਸੋਈ ਜਾਣੇ ਗੂੰਗੇ ਕੀ ਮਠਿਆਈ ਮੈਂ ਤੁਹਾਨੂੰ ਦੱਸਣਾ ਵੀ ਚਾਹੁੰਨਾ ਕਿਰਤਨ 'ਚ ਕਿੰਨਾ ਆਨੰਦ ਹੈ ਪਰ ਉਦੋਂ ਹੀ ਪਤਾ ਲੱਗੇਗਾ ਜਦੋਂ ਕੋਈ ਆਪ ਕਰਕੇ ਦੇਖਦਾ ਇਹ ਦੱਸਣ ਤੋਂ ਪਰੇ ਹੈ ਇਹਦਾ ਆਨੰਦ ਇਸੇ ਕਰਕੇ ਤੇ ਅਸੀਂ ਵੇਖੋ ਆਟੋ ਵੀ ਚਲਾਉਂਦੇ ਆ ਤਾਂ ਵੀ ਅਸੀਂ ਆਨੰਦ 'ਚ ਰਹਿਣ ਦੇ ਆ ਉਹਦਾ ਕਾਰਨ ਇਹੋ ਕਿ ਇਹਨੇ ਸਾਨੂੰ ਸੰਭਾਲਿਆ ਹੋਇਆ ਜੇ ਇਹ ਨਾ ਹੁੰਦਾ ਤੇ ਸ਼ਾਇਦ ਅਸੀਂ ਟੁੱਟ ਜਾਂਦੇ ਗਏ ਬਿਲਕੁਲ ਇੱਥੇ ਗੁਰਮਾਨੰਕ ਪਾਤਸ਼ਾਹ ਦਾ ਵੀ ਜ਼ਿਕਰ ਕਰੀਏ ਤਾਂ ਉਹਨਾਂ ਨੇ ਵੀ ਕਿਹਾ ਕਿ ਕੀਰਤ ਕਰੋ ਨਾਮ ਜਪੋ ਤੇ ਵੰਡ ਛਕੋ ਸੋ ਕੀਰਤ ਵੀ ਤੁਸੀਂ ਕਰ ਰਹੇ ਹੋ ਨਾਮ ਵੀ ਜਪ ਰਹੇ ਹੋ ਤਾਂ ਪਰਿਵਾਰ ਨਾਲ ਰਲ ਕੇ ਵੰਡ ਵੀ ਛਕ ਰਹੇ ਹੋ ਬਿਲਕੁਲ ਜੀ ਬਿਲਕੁਲ ਗੁਰੂ ਨਾਨਕ ਸਾਹਿਬ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਜੇ ਆਪਾਂ ਮੰਨਾਂਗੇ ਫਿਰ ਆਨੰਦ ਆਉਣਾ ਜੇ ਕਵਾਂਗੇ ਫਿਰ ਨਹੀਂ ਹੁਣ ਕੀਰਤ ਕਰਨ ਦਾ ਆਨੰਦ ਉਹ ਆਪਣਾ ਹੀ ਆਨੰਦ ਹੈ ਤੇ ਤੁਹਾਨੂੰ ਪਤਾ ਹੀ ਸਿੱਖ ਕਮਿਊਨਿਟੀ ਕਿਦਾਂ ਦੀ ਹੈ ਜਾਂ ਤੇ ਲੰਗਰ ਲਾਉਂਦੇ ਨੇ ਜਾਂ ਸੇਵਾ ਕਰਦੇ ਜਾਂ ਹੈਲਪ ਕਰਦੇ ਆ ਕੋਈ ਅਜੇ ਤੱਕ ਸਿੱਖ ਕਿਸੇ ਨੇ ਮੰਗਦਾ ਨਹੀਂ ਵੇਖਿਆ ਸੋ ਗੁਰੂ ਨਾਨਕ ਸਾਹਿਬ ਦੇ ਪਾਸ਼ਾ ਦੇ ਉਪਦੇਸ਼ ਤੇ ਚੱਲਦੇ ਪਏ ਆ ਉਹਨਾਂ ਨੇ ਕਿਹਾ ਕੀਰਤ ਕਰੋ ਆਪਾਂ ਕੀਰਤਨ ਕਰਨਾ ਸ਼ੁਰੂ ਕੀਤਾ ਪ੍ਰੋਗਰਾਮ ਘੱਟ ਹੋਣ ਕਰਕੇ ਸਾਡਾ ਨਹੀਂ ਖਰਚਾ ਚੱਲਦਾ ਸੀ ਫਿਰ ਆਪਾਂ ਆਟੋ ਚਲਾਉਣਾ ਸ਼ੁਰੂ ਕੀਤਾ ਹੁਣ ਆਟੋ ਚਲਾਉਣ ਦਾ ਮੇਨ ਕਾਰਨ ਇਹ ਹੋਵੇ ਕਿ ਜੇ ਆਪਾਂ ਕਿ ਨੌਕਰੀ ਕਰਦੇ ਆ ਜਾਂ ਆਪਣਾ ਕੰਮ ਕਰਦੇ ਆ ਉੱਥੇ ਸਾਰੀ ਸਾਰੀ ਦਿਹਾੜੀ ਰਹਿਣਾ ਪੈਂਦਾ ਫਿਰ ਰਿਹਾਰਜ ਵੀ ਨਹੀਂ ਹੋ ਪਾਂਦਾ ਸਿੱਖਣ ਵੀ ਨਹੀਂ ਜਾਇਆ ਜਾਂਦਾ ਪ੍ਰੋਗਰਾਮਾਂ ਤੇ ਵੀ ਨਹੀਂ ਜਾਇਆ ਜਾਂਦਾ ਸੋ ਮੋਟੀ ਗੱਲ ਕਰੀਏ ਤੇ ਕੀਰਤਨ ਛੁੱਟਣ ਦਾ ਡਰ ਸੀ ਤੇ ਕੀਰਤਨ ਅਸੀਂ ਛੱਡਣਾ ਨਹੀਂ ਚਾਹੁੰਦੇ ਫਿਰ ਅਸੀਂ ਸਮਝਿਆ ਵੀ ਚਲੋ ਕੋਈ ਗੱਲ ਨਹੀਂ ਆਟੋ ਨਾਲ ਖਰਚਾ ਪਾਣੀ ਵੀ ਚੱਲੀ ਜਾਏਗਾ ਨਾਲ ਅਸੀਂ ਆਪਣੇ ਕੀਰਤਨ ਨਾਲ ਵੀ ਜੁੜੇ ਰਵਾਂਗੇ ਇਸ ਕਰਕੇ ਫਿਰ ਅਸੀਂ 2-3 ਸਾਲ ਪਹਿਲਾਂ ਜਦੋਂ ਕੋਰੋਨਾ ਚ ਬਿਲਕੁਲ ਪ੍ਰੋਗਰਾਮ ਬੰਦ ਹੋ ਗਏ ਬਹੁਤ ਜ਼ਿਆ ਮਤਲਬ ਕਹਿਣ ਤੋਂ ਪਰੇ ਸੀ ਕਿ ਇੰਨਾ ਔਖਾ ਹੋ ਗਿਆ ਸੀ ਟਾਈਮ ਫਿਰ ਅਸੀਂ ਆਟੋ ਚਲਾਉਣਾ ਸ਼ੁਰੂ ਕਰ ਦਿੱਤਾ ਨਾਲ ਨਾਲ ਲੋਕਡਾਊਨ ਦੇ ਵਿੱਚ ਜਿਆਦਾ ਹਾਲਾਤ ਮਾੜੇ ਹੋ ਗਏ ਜਦੋਂ ਕਹਿ ਲਿਆ ਕਿ ਬਾਹਰ ਜਾਣਾ ਘਟ ਗਿਆ ਫਿਰ ਵਿਦੇਸ਼ਾਂ ਦੇ ਸਫ਼ਰ ਦੀ ਗੱਲ ਕਰ ਲਈ ਤਾਂ ਸਾਰੀ ਆਵਾਜਾਈ ਰੁਕ ਚੁੱਕੀ ਸੀਗੀ ਸੋ ਉਸ ਤੋਂ ਬਾਅਦ ਆਟੋ ਚਲਾਉਣ ਦਾ ਫੈਸਲਾ ਕਿਉਂ ਲਿਆ ਕਿਉਂਕਿ ਆਪਣੇ ਕੰਮ ਕੋਈ ਹੋਰ ਵੀ ਖੋਲ ਸਕਦੇ ਸੀਗੇ ਸੋ ਆਟੋ ਦਾ ਹੀ ਕਿਵੇਂ ਮਨ ਦੇ ਵਿੱਚ ਆਇਆ ਕਿ ਆਪਾਂ ਆਟੋ ਸ਼ੁਰੂ ਕਰੀਏ ਜਿਵੇਂ ਮੈਂ ਵੀਰ ਜੀ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਵੀ ਹੋਰ ਕੰਮਾਂ 'ਚ 10-12 ਘੰਟੇ ਤੱਕ ਅੱਠੀ ਡਿਊਟੀ ਨਹੀਂ। ਨਹੀਂ ਆਪਣਾ ਕੰਮ ਜਿੱਕਾ ਗੱਲ ਹੈ। ਹਾਂਜੀ ਆਪਣੇ ਕੰਮ ਵਿੱਚ ਵੀ ਆਪਾਂ ਦੁਕਾਨ ਤੇ ਬਵਾਂਗੇ, ਦੁਕਾਨ ਖੋਲ੍ਹਾਂਗੇ, ਉੱਥੇ ਟਾਈਮ ਦਵਾਂਗੇ। ਕੋਈ ਗਾਹ ਗੰਦਾ ਨਹੀਂ ਆਂਦਾ। ਕੀਰਤਨ ਕਰਨ ਦਾ ਟਾਈਮ ਕਦੋਂ ਮਿਲੇਗਾ ਜੇ 5-7 ਦਿਨ ਦਾ ਬਾਹਰ ਟੂਰ ਪ੍ਰੋਗਰਾਮ ਲਾਉਣਾ ਪੈ ਜਾਵੇ। ਅਸੀਂ ਦੁਕਾਨ ਬੰਦ ਕਰਕੇ ਨਹੀਂ ਜਾ ਸਕਦੇ। ਸੋ ਇਸ ਕਰਕੇ ਮੈਂ ਬੜਾ ਕੁਝ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਮੇਰਾ ਜਦੋਂ ਕੀਰਤਨ ਦਾ ਰਿਹਾਰਾ ਛੁੱਟਦਾ ਗਿਆ ਫਿਰ ਮੈਂ ਕਿਹਾ ਯਾਰ ਕਿਹੜਾ ਕੰਮ ਕਰੀਏ। ਫਿਰ ਮੈਂ ਕਿਹਾ ਚਲੋ ਹੁ ਵੀ ਦੱਸਾਂ ਨੋਆ ਦੀ ਕੀਰਤ ਕਰਨ 'ਚ ਕੋਈ ਸ਼ਰਮ ਨਹੀਂ ਕਰਨੀ ਫਿਰ ਮੈਂ ਆਟੋ ਚਲਾਉਣਾ ਸ਼ੁਰੂ ਕਰ ਦਿੱਤਾ ਅੱਛਾ ਜੀ ਮੈਂ ਰਾਗੀ ਸਿੰਘ ਜਿਆਦਾਤਰ ਆਪਾਂ ਵਿਦੇਸ਼ਾਂ ਦੇ ਵਿੱਚ ਕੀਰਤਨ ਕਰਨ ਜਾਂਦੇ ਦੇਖੇ ਨੇ ਸੋ ਤੁਸੀਂ ਵੀ ਪਹਿਲਾਂ ਗਏ ਹੋ ਕਦੀ ਬਾਹਰ ਕਦੀ ਬੁੱਕ ਕੀਤੇ ਹੋਣ ਪ੍ਰੋਗਰਾਮ ਕਿਉਂਕਿ ਬਾਹਰ ਵੀ ਵਿਦੇਸ਼ਾਂ ਦੇ ਵਿੱਚ ਜਿਆਦਾਤਰ ਰਾਗੀ ਜਾਂਦੇ ਨੇ ਬੜੇ ਖੁਸ਼ ਹੋ ਕੇ ਕਿ ਸਾਨੂੰ ਬਾਹਰ ਦਾ ਪ੍ਰੋਗਰਾਮ ਬੁੱਕ ਹੋਇਆ ਜਿਨ੍ਹਾਂ ਲਈ ਵਿਲਾਇਤ ਕੋ ਮੰਗੇ ਜਿਵੇਂ ਤੁਹਾਨੂੰ ਵੀ ਸ਼ੌਂਕ ਹੈ ਜੀ ਘੁੰਮਣ ਦਾ ਤੇ ਰਾਗੀ ਸਿੰਘ ala ਵੀ ਆਪਾਂ ਰੱਖਿਆ ਆ ਤੇ ਕਿੱਦਾਂ ਸੀਗਾ ਕੋਈ ਹੈਗਾ ਪ੍ਰੋਗਰਾਮ ਲਗਾਇਆ ਹੋਵੇ ਬਾਹਰ ਵਿਦੇਸ਼ਾਂ ਵਿੱਚ ਵੇਖੋ ਜੀ ਆਪਾਂ ਵਿਦੇਸ਼ ਗਏ ਆ ਸਿੰਗਾਪੁਰ ਮਲੇਸ਼ੀਆ ਪਰ ਉਹ ਸਿਰਫ ਟਰੈਵਲ ਹਿਸਟਰੀ ਵਾਸਤੇ ਜਿਵੇਂ ਸਾਨੂੰ ਕਿਹਾ ਗਿਆ ਵੀ ਵੱਡੇ ਮੁਲਕ ਜਾਣਾ ਤੁਹਾਡੀ ਟਰੈਵਲ ਹਿਸਟਰੀ ਹੋਣੀ ਚਾਹੀਦੀ ਏ ਕੋਈ ਪੱਕੇ ਬੁੱਕ ਪ੍ਰੋਗਰਾਮ ਕਰਕੇ ਨਹੀਂ ਗਏ ਸੀ ਬਾਕੀ ਵਿਦੇਸ਼ ਜਾਣਾ ਬਹੁਤ ਵਧੀਆ ਗੱਲ ਏ ਵਿਦੇਸ਼ 'ਚ ਵੀ ਲੋੜ ਹੈ ਕੀਰਤਨ ਦੀ ਉੱਥੇ ਵੀ ਪ੍ਰਚਾਰ ਦੀ ਲੋੜ ਹੈ ਜਾਣਾ ਚਾਹੀਦਾ ਏ ਤੇ ਜਦੋਂ ਮੌਕਾ ਮਿਲੇਗਾ ਅਸੀਂ ਵੀ ਜ਼ਰੂਰ ਜਾਵਾਂਗੇ ਪਰ ਪੰਜਾਬ ਵਰਗੀ ਧਰਤੀ ਮਿਲ ਨਹੀਂ ਮੈਨੂੰ ਸਿਰਫ ਇੱਕ ਗੱਲ ਮੈਂ ਤੁਹਾਡੇ ਨਾਲ ਚਲੋ ਅੱਜ ਇੰਟਰਵਿਊ ਦੇ ਜ਼ਰੀਏ ਸਾਂਝੀ ਕਰ ਰਿਹਾ ਵਾਂ ਬਈ ਅਸੀਂ ਤਰਸਦੇ ਹਾਂ ਕਿਧਰੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਕੀਰਤਨ ਦੀ ਸਾਨੂੰ ਸੇਵਾ ਮਿਲ ਜੇ ਸੋ ਮਾਰੇ ਨੇ ਬਖਸ਼ੀ ਵੀ ਪੰਜ ਛੇ ਵਾਰੀ ਅਸੀਂ ਕੀਰਤਨ ਕੀਤਾ ਹਰਮੰਦਰ ਸਾਹਿਬ ਦੇ ਅੰਦਰ ਪਰ ਜਿਹੜੇ ਪੱਕੇ ਕੀਰਤਨੀਏ ਨੇ ਜਿਹੜੇ ਹਰਮੰਦਰ ਸਾਹਿਬ ਪੱਕੇ ਕੀਰਤਨ ਕਰਦੇ ਆਸਾ ਦੀ ਵਾਰ ਕਰਦੇ ਕੈਸੇ ਸਵਰਗ ਚ ਬੈਨਦਾ ਉਹ ਜਦੋਂ ਬਾਹਰ ਜਾ ਕੇ ਪੱਕੇ ਵਸ ਜਾਂਦੇ ਮੈਨੂੰ ਲੱਗਦਾ ਉਹ ਕਿਦੇ ਕਿਦੇ ਨਾ ਕਿਦੇ ਘਾਟੇ ਵਾਲਾ ਸੌਦਾ ਕਰਦੇ ਜੀ ਮੇਰਾ ਮੇਰਾ ਮੰਨਣਾ ਹੈ ਕਿਉਂਕਿ ਗੁਰੂ ਰਾਮਦਾਸ ਮਹਾਰੇ ਦੇ ਦਰ ਦੀ ਸੇਵਾ ਜਿਹਦੇ ਕੋਲ ਹੋਵੇ ਨਾ ਉਸ ਤੋਂ ਵੱਡਾ ਕੁਝ ਦੁਨੀਆ ਤੇ ਹੈ ਨਹੀਂ ਜੀ ਇਹ ਦੇਖਿਆ ਜਾਵੇ ਸੋ ਜਾਣਾ ਚੰਗਾ ਹੈ ਪਰ ਜਾ ਕੇ ਵਾਪਸ ਆਓ ਤੇ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੀ ਸੇਵਾ ਮਿਲੀ ਹੋਵੇ ਤੇ ਉਹ ਤੇ ਮੈਂ ਕਹਿੰਦਾ ਇਸ ਤੋਂ ਉੱਤੇ ਕੁਝ ਨਹੀਂ ਜੀਏਗਾ ਕੀਰਤਨੀਆਂ ਵਾਸਤੇ ਕੀਰਤਨੀਆਂ ਵਾਸਤੇ ਦੁਨੀਆ ਦੀ ਸਭ ਤੋਂ ਵੱਡੀ ਚੀਜ਼ ਹੈ ਗੁਰੂ ਰਾਮਦਾਸ ਮਹਾਰੇ ਦੇ ਦਰ ਦੀ ਸੇਵਾ ਮਿਲ ਜਾਏ ਇਸ ਤੋਂ ਉੱਤੇ ਮੈਂ ਕੁਝ ਨਹੀਂ ਸਮਝਦਾ ਸਰ ਕਾਫੀ ਹਜੂਰੀ ਲੱਗੀ ਹੈ ਕਿ ਨੇ ਜੋ ਵਿਦੇਸ਼ਾਂ ਦੇ ਵਿੱਚ ਸੈੱਟ ਹੋ ਗਏ ਨੇ ਪੱਕੇ ਤੌਰ ਤੇ ਸ਼ਾਇਦ ਮੇਰੇ ਖਿਆਲ ਵਾਪਸ ਵੀ ਨਹੀਂ ਕਦੀ ਆਏ ਹੋਣੇ ਪਰ ਤੁਸੀਂ ਜ਼ਿਕਰ ਕੀਤਾ ਕਿ ਅਸੀਂ ਤਾਂ ਤਰਸਦੇ ਹਾਂ ਗੁਰੂ ਰਾਮਦਾਸ ਜੀ ਦੇ ਦਰ ਤੇ ਕੀਰਤਨ ਕਰਨ ਵਾਸਤੇ ਸੋ ਸ਼ਰੋਮਣੀ ਕਮੇਟੀ ਅੱਗੇ ਕਦੀ ਅਪੀਲ ਨਹੀਂ ਕੀਤੀ ਗਈ ਕਿ ਸਾਨੂੰ ਪੱਕੇ ਤੌਰ ਤੇ ਇੱਥੇ ਰੱਖਿਆ ਜਾਵੇ ਸਰ ਕੋਸ਼ਿਸ਼ ਕੀਤੀ ਸੀ ਕਾਫੀ ਸਾਲ ਪਹਿਲਾਂ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਕਾਫੀ ਕੋਸ਼ਿਸ਼ ਪਰ ਨਹੀਂ ਗੱਲ ਬੰਦੀ ਮੁਸ਼ਕਲ ਏ ਥੋੜਾ ਜਿਹਾ ਲੱਗਦਾ ਫਿਰ ਇੰਨਾ ਨਹੀਂ ਹੋ ਸਕਿਆ ਸਾਡੇ ਕੋ ਫਿਰ ਦੁਬਾਰਾ ਕੋਸ਼ਿਸ਼ ਕੀਤੀ ਨਹੀਂ ਬਾਕੀ ਮਨ ਚ ਹਮੇਸ਼ਾ ਹੀ ਮਰਦੇ ਦਮ ਤੱਕ ਰਹੇਗਾ ਕਿ ਗੁਰੂ ਰਾਮਦਾਸ ਮਾਰੇ ਆਪਣੇ ਦਰ ਦੀ ਸੇਵਾ ਦੇ ਦੇਣ ਇਸ ਤੋਂ ਵੱਡੀ ਸਾਡੇ ਵਾਸਤੇ ਹੋਰ ਕੋਈ ਚੀਜ਼ ਨਹੀਂ ਦੁਨੀਆ ਤੇ ਜੀ ਪਰ ਮੈਂ ਮੈਂ ਵੀ ਤੁਹਾਡੇ ਘਰ ਕੇ ਇਸ ਇੰਟਰਵਿਊ ਲਈ ਸ਼੍ਰੋਮਨਿਕ ਕਮੇਟੀ ਨੂੰ ਖਾਸ ਕਰਕੇ ਅਪੀਲ ਕਰਾਂਗਾ ਕਿ ਜੇਕਰ ਇਹੋ ਜਿਹਾ ਹੁਨਰ ਕਿਸੇ ਅੰਦਰ ਹੈਗਾ ਤਾਂ ਗੁਰਰਾਮਦਾਸ ਜੀ ਦੇ ਦਰ ਤੇ ਉਹਨੂੰ ਬੈਠਣ ਦਾ ਮੌਕਾ ਦਿੱਤਾ ਜਾਵੇ ਕਿਉਂਕਿ ਸਿੱਖੀ ਦਾ ਪ੍ਰਚਾਰ ਦੀ ਜੇਕਰ ਗੱਲ ਕਰ ਲਈ ਤਾਂ ਵਿਰੋਧਨ ਕਾਫੀ ਘਟਦਾ ਜਾ ਰਿਹਾ ਹੈ ਪ੍ਰਚਾਰ ਕਰਨ ਵਾਲੇ ਨੇ ਜੇਕਰ ਰਹਿਣ ਕੀਤਾ ਫਿਰ ਆਪਾਂ ਸਿੱਖੀ ਦਾ ਪ੍ਰਚਾਰ ਕਿੱਦਾਂ ਕਰਾਂ ਸਰ ਪ੍ਰਚਾਰ ਕਰਨ ਵਾਲਿਆਂ ਨੂੰ ਸਾਹਮਣਾ ਬੰਦਾ ਜੀ ਅੱਜ ਅੱਜ ਲੋਡ ਜੀ ਅੱਜ ਬਹੁਤ ਲੋਡ ਹੈ ਜੀ ਕਿਉਂਕਿ ਕਿਸੇ ਵੀ ਧਰਮ ਦਾ ਜੇ ਪ੍ਰਚਾਰਕ ਨਾ ਸਾਭਿਆ ਤੇ ਉਸ ਧਰਮ ਦਾ ਪ੍ਰਚਾਰ ਕਿੱਦਾਂ ਹੋ ਸਕੇਗਾ ਕਿੱਦਾਂ ਸਾਡੇ ਬੱਚਿਆਂ ਨੂੰ ਪਤਾ ਲੱਗੇਗਾ 10 ਗੁਰੂ ਸਾਹਿਬਾਨ ਨੇ ਕਿਦਾਂ ਸਾਡੇ ਬੱਚਿਆਂ ਨੂੰ ਪਤਾ ਲੱਗੇਗਾ ਕਿ ਸਾਡੀਆਂ ਕਿੰਨੀਆਂ ਸ਼ਹੀਦੀਆਂ ਨੇ ਭਾਈ ਤਾਰੂ ਸਿੰਘ ਬਾਰੇ ਭਰੀ ਸਿੰਘ ਨਲੂਏ ਬਾਰੇ ਕੌਣ ਦੱਸੂਗਾ ਤੇ ਪ੍ਰਚਾਰਕਾਂ ਨੂੰ ਪਹਿਲਾਂ ਸਾਹਮਣ ਦੀ ਇੰਨੀ ਕੁ ਜ਼ਿਆਦਾ ਲੋਡ ਹੈ ਨਾ ਮੈਂ ਕਹਿੰਦਾ ਵੀ ਸਾਰੀ ਸੰਗਤ ਸਾਰੇ ਪ੍ਰਬੰਧਕ ਜਿੰਨੇ ਸਿੱਖ ਨੇ ਦੁਨੀਆ ਤੇ ਇਹ ਸਾਰੇ ਰਲ ਕੇ ਇੱਕ ਵਾਦਾ ਕਰ ਲੈਣ ਵੀ ਆਪਾਂ ਪ੍ਰਚਾਰਕਾਂ ਨੂੰ ਸਾਹਮਣਾ ਹੈ ਫਿਰ ਦੇਖੋ ਸਿੱਖੀ ਹੋਰ ਚੜ੍ਹਦੀ ਕਲਾ ਚ ਜਾਏਗੀ ਦਿਨ ਦੁਗਣੀ ਰਾਤ ਚੌਗਣੀ ਸਿੱਖੀ ਚੜ੍ਹਦੀ ਕਲਾ ਚ ਜਾ ਸਕਦੀ ਏ ਜੇ ਅਸੀਂ ਪ੍ਰਚਾਰਕਾਂ ਨੂੰ ਸਾਹਮਣੇ ਲਈਏ ਤੇ ਜੇ ਪ੍ਰਚਾਰਕ ਨਾ ਸਾਹਮਣੇ ਗਏ ਫਿਰ ਕਿਤੇ ਨਾ ਕਿਤੇ ਮੁਸ਼ਕਲ ਜਰੂਰ ਆਏਗੀ ਜੀ ਤੁਸੀਂ ਸੋਸ਼ਲ ਮੀਡੀਆ ਤੇ ਕਾਫੀ ਸੁਣਿਆ ਹੋਏਗਾ ਕਿ ਜਿਹੜੇ ਗਰੰਥੀ ਸਿੰਘ ਆ ਉਹ ਆਪਣੇ ਬੱਚਿਆਂ ਨੂੰ ਇਹ ਗ੍ਰੰਥੀ ਨਹੀਂ ਬਣਾਉਣਾ ਚਾਹੁੰਦੇ ਕਿਉਂਕਿ ਕਹਿੰਦੇ ਕਿ ਆਪਾਂ ਇੱਥੇ 6-6 ਘੰਟੇ ਜਾਂ 8-8 ਘੰਟੇ ਡਿਊਟੀਆਂ ਕਰਦੇ ਆ ਸਾਡੀ ਦਿਹਾੜੀ ਕੀ ਆ 1.5 150 ਰੁਪਏ 2-200 ਰੁਪਏ ਪਾ ਕੇ ਮਾਰੇ ਆ ਤੇ ਆਪਾਂ ਆਪਣੇ ਬੱਚਿਆਂ ਨੂੰ ਇਸ ਕਮੀ ਕਿਉਂ ਪਾਵਾਂਗੇ ਪਰ ਆਪਾਂ ਦੇਖਦੇ ਪਏ ਤੁਸੀਂ ਆਪਣੇ ਬੇਟੇ ਨੂੰ ਤਬਲੇ ਵਾਲੇ ਪਾਸੇ ਲਗਾਇਆ ਆ ਵਧੀਆ ਸਿੱਖਿਆ ਦੇ ਰਹੇ ਹੋ ਬੱਚਿਆਂ ਨੂੰ ਤੁਹਾਡੇ ਮਨ 'ਚ ਨਹੀਂ ਕਦੀ ਖਿਆਲ ਆਇਆ ਕਿ ਅੱਜ ਮੈਂ ਜੇਕਰ ਇੰਨਾ ਵਧੀਆ ਕਾਰਕਰਾ ਕੇ ਬੈਠਾ ਆ ਪਰ ਮੈਨੂੰ ਅੱਜ ਓਟੋ ਚਲਾਉਣਾ ਪੈ ਰਿਹਾ ਆ ਤੇ ਮੇਰੇ ਬੇਟਾ ਕੱਲ੍ਹ ਨੂੰ ਇਸ ਲਾਈਨ 'ਚ ਸੈੱਟ ਹੋ ਪਾਏਗਾ ਜਾਂ ਨਹੀਂ ਸਾਡੀ ਇਸ ਲਾਈਨ ਨੂੰ ਸਿਰਫ ਆਪਾਂ ਇਸ ਕਰਕੇ ਨਹੀਂ ਕਹਿ ਸਕਦੇ ਕਿ ਇਸ ਵਿੱਚੋਂ ਪੈਸਾ ਹੀ ਕਮਾਉਣਾਵੇਂ ਜੇਕਰ ਸਾਡਾ ਬੱਚਾ ਅੱਜ ਦੇਖੋ ਤੁਸੀਂ ਮਾਪਿਓ ਰੋਂਡੇ ਨੇ ਬੱਚੇ ਨਸ਼ਿਆਂ 'ਚ ਪੈ ਰਹੇ ਨੇ ਬੁਰੇ ਪਾਸੇ ਜਾ ਰਹੇ ਨੇ ਤੇ ਜੇ ਇਹੋ ਜਿਹਾ ਕਲਯੁਗ ਦੀ ਤਪ ਦੀ ਅੱਗ ਦੇ ਵਿੱਚ ਸਾਡਾ ਬੱਚਾ ਤਬਲਾ ਵਜਾਏਗਾ ਜਾਂ ਕੀਰਤਨ ਕਰੇਗਾ ਤੇ ਮੈਂ ਸਮਝਦਾ ਸਾਡੀ ਹਰਾਸ ਪੂੰਜੀ ਇਹ ਹੀ ਹੋਏਗੀ ਸਭ ਤੋਂ ਵੱਡਾ ਧਨ ਅਸੀਂ ਇਕੱਠਾ ਕਰ ਲਿਆ ਕਿ ਸਾਡਾ ਬੱਚਾ ਗੁਰਸਿੱਖ ਬਣ ਗਿਆ ਗੁਰੂ ਨਾਲ ਜੁੜਿਆ ਰਹਿ ਗਿਆ ਪੈਸੇ ਦੀ ਕੋਈ ਗੱਲ ਨਹੀਂ ਪੈਸਾ ਆ ਜਾਂਦਾ ਹੈ ਹੋਰ ਕਈ ਤਰੀਕਿਆਂ ਨਾਲ ਆਜੂ ਹੋਰ ਕੰਮ ਨਾਲ ਕਰ ਲੈਣਗੇ ਜਿਵੇਂ ਕੋਈ ਵੀ ਕੰਮ ਕਰ ਸਕਦੇ ਹੈ ਜੀ ਉਹਨਾਂ ਦੀ ਉਮਰ ਪਈ 80 ਤੇ ਇਸ ਲਾਈਨ ਚ ਲੇਟ ਆਏ ਆ ਉਹਨਾਂ ਦੀ ਜੀ ਸਾਰੀ ਉਮਰ ਪਈ ਹੈ ਪਰ ਜੇ ਕਿਸੇ ਦਾ ਬੱਚਾ ਗਰੰਥੀ ਰਾਗੀ ਜਾਂ ਕੀਰਤਨੀਆ ਬੰਨਾ ਚਾਹੁੰਦਾ ਉਹਦੀ ਪੂਰੀ ਪੂਰੀ ਸਪੋਰਟ ਕੀਤੀ ਜਾਣੀ ਚਾਹੀਦੀ ਨਾ ਕਿ ਇਹ ਕਹਿਣਾ ਚਾਹੀਦਾ ਕਿ ਆਪਾਂ ਬੱਚਿਆਂ ਨੂੰ ਗਰੰਥੀ ਰਾਗੀ ਦੀ ਬਣਾਉਣਾ ਉਹ ਗਰੰਥੀ ਰਾਗੀ ਸ਼ੁਕਰ ਕਰੀਏ ਆਪਾਂ ਸ਼ੁਕਰ ਕਰੀਏ ਕਿ ਸਾਡੇ ਘਰ 'ਚ ਕੀਰਤਨ ਆਇਆ ਹੈ ਸਾਡੇ ਘਰ 'ਚ ਗੁਰੂ ਦੀ ਬਖਸ਼ਿਸ਼ ਆਈ ਹੈ ਇਹ ਗੱਲ ਨਾ ਕਰੀਏ ਬਾਕੀ ਹੋਰ ਵੀ ਕੋਈ ਨਾਲ ਕੰਮ ਕਰਾ ਦਿਓ ਗੱਲ ਅਲੱਗ ਏ ਪਰ ਜੇ ਕੋਈ ਬੱਚਾ ਤੁਹਾਡਾ ਇਸ ਪਾਸੇ ਆਉਣਾ ਚਾਹੁੰਦਾ ਉਹਨੂੰ ਪੂਰੀ ਪੂਰੀ ਸਪੋਰਟ ਕਰਨੀ ਚਾਹੀਦੀ ਅਸਤਜੀ ਮੈਂ ਇੱਕ ਪਰਿਵਾਰ ਵੀ ਦੇਖਿਆ ਸੀਗਾ ਜਿਨ੍ਹਾਂ ਦੇ ਘਰ ਦੇ ਪਰਿਵਾਰ ਦੇ ਹਾਲਾਤ ਕੁਛ ਠੀਕ ਨਹੀਂ ਸੀਗੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਰਹਿ ਕੇ guzara ਕਰਦੇ ਸੀ ਤੇ ਉਹ ਜਿੰਨਾ ਵੀ ਗੁਰਦੁਆਰਾ ਸਾਹਿਬ ਦੀ ਰੱਖ-ਰਖਾਵ ਸੀਗੀ ਸਾਰਾ ਉਹ ਹੀ ਕਰਦੇ ਸੀ ਅੰਮ੍ਰਿਤ ਵੇਲੇ ਤੋਂ ਲੈ ਕੇ ਸੁਖਾਸਨ ਵੇਲੇ ਤੱਕ ਫਿਰ ਉਹ ਪਰਿਵਾਰ ਕਹਿੰਦਾ ਸੀਗਾ ਕਿ ਆਪਾਂ ਕਿਤੇ ਜੌਬ ਵੀ ਨਹੀਂ ਕਰ ਸਕਦੇ ਕਿਉਂਕਿ ਮਾਰੇ ਦਾ ਫਿਰ ਪਿੱਛੋਂ ਰੱਖ-ਰਖਾਵ ਕੌਣ ਕਰੇਗਾ ਫਿਰ ਉਸ ਕੇਸ ਦੇ ਵਿੱਚ ਕਿੱਦਾਂ ਚੱਲੇਗਾ ਫਿਰ ਤਾਂ ਲੋਕ ਕਹਿੰਦੇ ਹੀ ਆ ਕਿ ਆਪਾਂ ਇਸ ਪਾਸੇ ਨਹੀਂ ਜਾਣਾ ਚਾਹੀਦਾ ਉਸ ਕੇਸ 'ਚ ਮੈਂ ਉਹੀ ਪਹਿਲਾਂ ਬੇਨਤੀ ਕੀਤੀ ਪ੍ਰਚਾਰਕ ਨੂੰ ਸਾਮਨ ਦੀ ਲੋੜ ਹੈ ਮੈਂ ਸੱਚੀ ਤੁਹਾਨੂੰ ਦੱਸਣਾ ਆਪਣੇ ਦਿਲ ਦੀ ਗੱਲ ਜਿਹੜੇ ਗਰੰਥੀ ਨੇ ਨਾ ਚਲੋ ਅਸੀਂ ਕੀਰਤਨ ਕਰਦੇ ਆਂ ਇੱਕ ਘੰਟਾ ਜਿਹੜੇ ਗਰੰਥੀ ਨੇ ਨਾ ਉਹਨਾਂ ਦੇ ਪੈਰ ਧੋ ਕੇ ਵੀ ਪੀਲੀਏ ਨਾ ਥੋੜੇ ਐਡੀ ਵੱਡੀ ਸੇਵਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਫਿਰ ਰਾਤ ਮੈਂ ਕਹਿੰਨਾ ਗਰੰਥੀ ਸਿੰਘ ਜੇ ਕੋਈ ਗੁਰਦੁਆਰੇ ਰੱਖਣਾ ਚਾਹੁੰਦਾ ਹੈ ਨਾ ਜੇ ਉਹ ਉਹਦੇ ਸਾਰੇ ਖਰਚੇ ਨਹੀਂ ਪੂਰੇ ਕਰ ਸਕਦਾ ਨਾ ਕਰਿਆ ਕਰੋ ਇਦਾਂ 5 5 7 7 ਹਜ਼ਾਰ ਤੇ ਤੁਸੀਂ ਗਰੰਥੀ ਸਿੰਘ ਲੱਭਦੇ ਹੋ ਇੰਨਾ ਸਕੂਲਾਂ ਦਾ ਖਰਚਾ ਹੈ ਗਰੰਥੀ ਸਿੰਘ ਰੱਖਣਾ ਸਾਰਾ ਪਿੰਡ ਹਲਕੇ ਉਹਦੀ ਪੂਰੀ ਪੂਰੀ ਹੈਲਪ ਕਰੇ ਵੀ ਤੂੰ ਤੇਰੇ ਬੱਚੇ ਇਹੀ ਪੜਾਵਾਂਗੇ ਤੇਰਾ ਸਾਰਾ ਖਰਚਾ ਇਹੀ ਕਰਾਂਗੇ ਤੂੰ ਬਸ ਗੁਰੂ ਮਾਰੇ ਦੀ ਸੰਭਾਲ ਕਰ ਸੇਵਾ ਕਰ ਗੁਰੂ ਗੁਰਦੁਆਰੇ ਦਾ ਨਾਮਕਰ ਲੋਕਾਂ ਨੂੰ ਸੰਥਿਆ ਬੱਚਿਆਂ ਨੂੰ ਸਿਖਾ ਗੁਰਮਤ ਵਾਲੇ ਪਾਸੇ ਲਿਆ ਬਾਕੀ ਸਾਰੀ ਸਿਰਦਰ ਦੀ ਹੱਡੀ ਜੇ ਗਰੰਥੀ ਦਾ ਦੇਣ ਨਹੀਂ ਦੇ ਸਕਦੇ ਮੈਂ ਤੁਹਾਨੂੰ ਸੱਚੀ ਦਸਾਂ ਰਾਗੀ ਸਿੰਘ ਘੰਟਾ ਕੀਰਤਨ ਕਰਦੇ 2 ਘੰਟੇ ਕੀਰਤਨ ਕਰਦੇ ਘਰ ਆ ਜੇ ਗਰੰਥੀ ਸਿੰਘ ਦੀ ਸੇਵਾ ਦੁਨੀਆ ਦੀ ਸਭ ਤੋਂ ਵੱਡੀ ਔਰ ਮੈਂ ਸੱਚ ਵਾਹਿਗੁਰੂ ਜੀ ਤੁਹਾਨੂੰ ਇੱਕ ਗੱਲ ਕਹਾਂ ਮੇਰੇ ਮਨ ਦਾ ਬਲਬਲਾ ਹੈ ਜੀ ਮਸਾਣਾ ਵਿੱਚ ਬਾਬਾ ਦੀਪ ਸਿੰਘ ਸ਼ਹੀਦਾ ਜਿੱਥੇ ਅੰਤਿਮ ਸੰਸਕਾਰ ਹੁੰਦੇ ਆ ਉਥੇ ਮਗਰੰਥੀ ਰੁੱਲਦੇ ਦੇਖੇ ਵੀ ਕੋਈ Laash ਲੈ ਕੇ ਆਵੇ ਮੈਂ ਤੁਹਾਨੂੰ ਪੰਜਾਬੀ ਤੇ ਮੈਂ ਉਹਨੂੰ ਕਹਾਂ ਵੀ ਭਾਜੀ ਆਪਰ ਅਰਦਾਸ ਕਰ ਲਈਏ ਮੈਂ ਕਹਿੰਦਾ ਸਿੱਖ ਕੌਮ ਦੀ ਬੜੀ ਵੱਡੀ ਤਰਾਸ ਦੀ ਗਰੰਥੀ ਸਿੰਘ ਮਸਾਣਾ ਚ ਰੁੱਲਦੇ ਪਏ ਉਹ ਤੁਸੀਂ ਗੁਰੂ ਦੇ ਵਜ਼ੀਰ ਕਹਿੰਦੇ ਹੋ ਨਾਲੇ ਤੇ ਨਾਲੇ ਉਹ ਮਸਾਣਾ ਚ ਰੁੱਲਦੇ ਪਏ ਵੀ ਕੋਈ ਆਵੇ ਤੇ ਅਰਦਾਸ ਕਰੀਏ ਕਿੱਡੇ ਔਖੇ ਹੋਣਗੇ ਮੈਨੂੰ ਸਮਝ ਨਹੀਂ ਆਉਂਦੀ ਉਹ ਕਹਿੰਦੇ ਕਿ ਜਦੋਂ ਘਰ ਦੇ ਵਿੱਚ ਵਿਆਹਾਂ ਦੇ ਪ੍ਰੋਗਰਾਮ ਹੋਣ ਤੇ ਅਸੀਂ ਲੱਖਾਂ ਸਿੰਗਰ ਬਲੌਣ ਤੇ ਲਾ ਦਿੰਨੇ ਪਰ ਜਦੋਂ ਗਰੰਥੀ ਸਿੰਘ ਨੂੰ 5100 ਰੁਪਏ ਭੇਟਾ ਦੇਣੀ ਪੈ ਜਾ ਕਿਰਤਨ ਦੀ ਉਹ ਦੋਹੀਂ ਕਹਿੰਦੇ ਆ ਜੀ ਨਹੀਂ 1151 ਗਰੰਥੀ ਸਿੰਘ ਨੂੰ ਪੇਟਾ ਪੁੱਛਣੀ ਨਹੀਂ ਚਾਹੀਦੀ ਮੈਂ ਕਹਿੰਦਾ ਕੋਈ ਵੀ ਤੁਸੀਂ ਘਰ 'ਚ ਫੰਕਸ਼ਨ ਕਰਨਾ ਹੈ ਵਿਆਹ ਕਰਨਾ ਹੈ ਕੋਈ ਕੋਈ ਵੀ ਫੰਕਸ਼ਨ ਕਰਨਾ ਜਿਸ 'ਚ ਤੁਸੀਂ ਗੁਰਮਤ ਨੂੰ ਇਨਵੋਲਵ ਕਰਨਾ ਚਾਹੁੰਦੇ ਹੋ ਕੀਰਤਨ ਕਰਾਉਣਾ ਚਾਹੁੰਦੇ ਹੋ ਜਾਂ ਪਾਠ ਕਰਾਉਣਾ ਚਾਹੁੰਦੇ ਹੋ ਤੇ ਸਭ ਤੋਂ ਪਹਿਲਾਂ ਬਜਟ ਹੀ ਓ ਰੱਖਣਾ ਚਾਹੀਦਾ ਏ ਔਰ ਖੁੱਲਾ ਬਜਟ ਰੱਖਣਾ ਚਾਹੀਦਾ ਏ ਕਿਉਂਕਿ ਗਰੰਥੀ ਸਿੰਘ ਨਾ ਖੁਸ਼ ਹੋਇਆ ਗੁਰੂ ਦੇ ਸੇਖ ਹੀ ਨਾ ਖੁਸ਼ ਹੋਏ ਤੇ ਬਾਕੀ ਖੁਸ਼ੀਆਂ ਫਿਰ ਕਿਹੜੇ ਕੰਮ ਦੀ ਹੈ ਹਨਾ ਜੀ ਤੇ ਗਰੰਥੀ ਸਿੰਘ ਨੂੰ ਪੂਰਾ ਪੂਰਾ ਜੋ ਉਹਦਾ ਬੰਦਾ ਸਤਕਾਰ ਹੈ ਮਾਨ ਨਾਲ ਆਹ ਗਲਤ ਗਰੰਥੀ ਸਿੰਘ ਨੂੰ ਕਹਿਣੀ ਚਾਹੀਦੀ ਬਾਬਾ ਜੀ ਤੁਸੀਂ ਪੈਸੇ ਬੜੇ ਕਿਆ ਇਹ ਗਲਤ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇੱਕ ਗਰੰਥੀ ਸਿੰਘ ਕਿਸੇ ਅਧਕਾਰ ਸੁਖਮਣੀ ਸਾਹਿਬ ਦਾ ਪਾਠ ਕਰੇ ਨਾ ਪਤਾ ਨਹੀਂ ਕਿੰਨੀਆਂ ਬਰਕਤਾਂ ਉਹਦੇ ਘਰ ਚ ਆ ਜਾਂਦੀਆਂ ਨੇ ਤੇ ਉਹ ਬਰਕਤਾਂ ਬਦਲੇ 2100 ਰੁਪਏ ਦੇਣਾ ਇਹ 3100 ਦੇਣਾ ਮੈਂ ਕਹਿੰਦਾ ਜਿੰਨੇ ਮਰਜ਼ੀ ਦੇ ਸਕਦੇ ਔਰ ਦਿੱਤਿਆਂ ਘਟੇਗਾ ਨਹੀਂ ਗੁਰੂ ਦੇ ਸੇਖ ਨੂੰ ਦਿੱਤਿਆਂ ਤੁਹਾਨੂੰ ਪਤਾ ਨਹੀਂ ਕਿੰਨੀਆਂ ਬਰਕਤਾਂ ਪੈਣਗੀਆਂ ਇਹ ਆ ਜਾਂਦੀ ਨੇ ਫਿਰ ਜਦੋਂ ਆਪਾਂ ਖੁਸ਼ੀ ਦੇ ਪ੍ਰੋਗਰਾਮ ਕਰਦੇ ਆਂ ਡੀਜੇ ਕਰਦੇ ਆਂ ਤੇ ਸਾਡੇ ਕੋਲ ਡੀਜੇ ਵਾਲਾ 10000 ਰੁਪਏ ਵੀ ਮੰਗ ਲੇਗਾ ਆਪਾਂ ਵੀ ਦੇ ਦਾਂਗੇ ਉਹ ਆਪਣੀ ਖੁਸ਼ੀ ਵਾਸਤੇ ਕੀ ਗੱਲ ਆਪਾਂ ਗੁਰੂ ਮਹਾਰਾਜ ਨੂੰ ਕਰ ਲੈ ਕੇ ਆਏ ਆਂ ਤੇ ਉਹ ਖੁਸ਼ੀ ਨਹੀਂ ਆ ਸਾਡੀ ਉਹਦੇ ਲਈ ਆਪਾਂ 10-15000 ਨਹੀਂ ਦੇ ਸਕਦੇ ਉਹਦੇ ਵਿੱਚ ਤੁਸੀਂ ਬੜਾ ਵੱਡਾ ਸਹਿਯੋਗ ਕਰ ਰਹੇ ਹੋ ਤੁਹਾਡੇ ਵਰਗੇ ਵੀਰ ਜਿਹੜੇ ਮੀਡੀਆ 'ਚ ਇਹ ਗੱਲ ਲਿਆ ਰਹੇ ਦੇਖੋ ਜੀ ਹੁੰਦਾ ਪਤਾ ਕੀ ਹੈ ਸਾਡੇ ਦੁਨੀਆ ਦੇ ਵਿੱਚ ਸਿਰਫ ਇੱਕ ਭੇਡ ਚਾਲ ਚੱਲਦੀ ਹੈ ਜਿਹੜੀ ਚੀਜ਼ ਟੀਵੀ ਤੇ ਜ਼ਿਆਦਾ ਦਿਖਾਈ ਜਾਂਦੀ ਨਾ ਉਹਦਾ ਚੱਲਣ ਚੱਲ ਪੈਂਦਾ ਜੇ ਸਿੰਗਰ ਜ਼ਿਆਦਾ ਦਿਖਾਏ ਜਾਣਗੇ ਉਹਨਾਂ ਦਾ ਚੱਲਣ ਚੱਲ ਪਏਗਾ ਹੁਣ ਜੇ ਤੁਹਾਡੇ ਵਰਗੇ ਵੀਰ ਇਹੋ ਜਿਹੀਆਂ ਚੀਜ਼ਾਂ ਨੂੰ ਸਾਹਮਣੇ ਲੈ ਕੇ ਆਣਗੇ ਤੇ ਦੁਨੀਆ ਬੜੀ ਵਧੀਆ ਦੁਨੀਆ ਗਈ ਬੜੀ ਪਿਆਰੀ ਦੁਨੀਆ ਮਾਲਕ ਨੇ ਬਣਾਈ ਹੈ ਖਲਕਤ ਬਣਾਈ ਹੈ ਤੇ ਉਹਨਾਂ ਨੂੰ ਜਦੋਂ ਸੰਦੇਸ਼ ਮਿਲਣਾ ਸ਼ੁਰੂ ਹੋਏਗਾ ਮੈਨੂੰ ਲੱਗਦਾ ਹੈ ਕਿਤੇ ਹੁਣ ਲੋਕਾਂ ਦੀ ਸੋਚ ਬਦਲਣੀ ਵੀ ਸ਼ੁਰੂ